हाँ जी सत श्री अकाल सारे भरावां नूं की हाल आ कायम है जी से तां अज दा ब्लॉक आपां करदे आं गल्लबात ते नाले आपां गल करदे आं जंगली दी ग्रोथ बारे ते अज एक चीज़ मैं महसूस की है दो क दिनों के विच इहदे गल वाला रस्सा ना जिहड़ा टाइट हो चलिया ओ जंगली ओए खेडना हुण तूं खेत जाके खेडना पऊ पता इत्थे दा थां है नहीं इत्थे तूं डिग पेंगा छटां तूं ही खाई जांदा रहिंदा उठण लगा अज फिर सैट गल हैं डिगदा वाला हाँ तो गोडे ठीक है सोच लेगी हाँ इधरले तो हैगी माड़ी जी तो देखो हम पूरा फॉर्म के पूरा भी मैंने हूँ खोलो जो दुध वाले खोल देना जो जीते दुध वाले ले जाता क्यों जीत किमें साला मारता है वह तो पूरा मच्छर है क्योंकि जी कुदरत कलू देखा वा नागनी जे बच्चे ना महीने तो उत्ते जाके ग्रोथ होने लग गए ये मेरे हिसाब से किन्नी तरीक में आखिरी सुई सी 17-18 हाँ 18 गए थी 17 सुई है तो आ 17 तो महीना हो गया इन ਇਹ 17 ਮਹੀਨਾ ਹੋ ਗਿਆ ਸੀ ਤੇ ਹੁਣ ਫੇਰ ਦੁਬਾਰੇ 17 ਆਉਣ ਵਾਲੀ ਹੈ 2 ਮਹੀਨੇ ਦਾ ਹੋ ਜੂਗੇ ਇਹ 2 ਮਹੀਨੇ ਦਾ ਹੋ ਜੂਗਾ ਜੀ ਗਰੋਥ ਦੇਖੋ 3 ਮਹੀਨੇ ਤੱਕ ਅਸਲੀ ਗਰੋਥ ਦਿਖਾਉਣੀਆਂ ਨੇ ਕਿਉਂਕਿ ਇਹ ਜਿਹੜਾ ਹੁਣ ਹੈ ਨਾ ਰਾਜੀ ਜਿਹੜਾ ਹੁਣੀ ਹੋਣ ਲੱਗਿਆ ਤੇ ਕਦ ਕੁੱਦ ਤਾਂ ਬਹੁਤ ਜ਼ਬਰਦਸਤ ਹੈ ਤੂੰ ਦੇਖ ਹੀ ਲਿੱਤਾ ਤਾਂ ਦੁੱਧ ਵੀਰੇ ਦੁੱਧ ਇਹਦੇ ਮਾਰੇ ਨੇ ਐਤੀ ਦੇਖ ਲਓ ਨਾਗਣੇ ਦੇ ਦੰਦ ਵੀ ਮਾਰਤਾ ਮਾੜਾ ਜਿਹਾ ਨੇ ਪਰ ਮੰਮੀ ਵੀ ਕਹਿੰਦੀ ਸੀ ਕਹਿੰਦੀ ਭਾਈ ਚੁੰਗਣੀ ਤੇ ਲਾ ਲਓ ਇਹਨੂੰ ਮੈਂ ਕਿਹਾ ਨਹੀਂ ਕੁਛ ਮਰਜ਼ੀ ਹੋ ਜਾਏ ਐਤੀ ਇਹਨੂੰ ਨਹੀਂ ਚੁੰਗਣੀ ਤੇ ਲਾਉਣਾ ਇਹਨੂੰ ਦੁੱਧ ਹੀ ਪਿਓਣਾ ਦੁੱਧ ਘੱਟ ਹੋ ਜਾਏ ਕੋਈ ਚੱਕਰੀ ਨਹੀਂ ਬਸ ਜਿੰਨਾ ਦੁੱਧ ਪੀਣਾ ਇਹਨੇ ਪੀ ਲੈਣਾ ਇਹ ਚੰਘਾਈ ਜਾਣਾ ਇੱਕ ਪਾਸੋਂ ਬਹਿ ਕੇ ਮੰਮੀ ਨੇ ਅਤੇ ਇੱਕ ਪਾਸੋਂ ਜੀਤ ਨੇ ਠੀਕ ਹੈ ਚੰਘਾ ਕੇ ਅਤੇ ਦੁੱਧ ਉਦੋਂ ਬਾਅਦ ਕਹਿਣ ਦਾ ਭਾਵ ਕੀ ਆ ਵੀ ਤਾਂ ਦੁੱਧ ਚੰਘਾ ਦੇਈਦਾ ਅਤੇ ਫਿਰ ਇਹ ਪੂਰਾ ਮੱਥਰਿਆ ਹੁੰਦਾ ਹੁਣ ਸੂ ਜਿਹੜਾ ਪੈਰ ਪੂਰਾ ਜਮ੍ਹਾਂ ਸੈੱਟ ਆ ਓਕੇ ਰਿਪੋਰਟ ਆ ਅਤੇ ਪੰਗੇ ਲੈਣ ਨੂੰ ਬਹੁਤ ਬੀਹਾਂ ਵਰਗਾ ਹੈ ਅਤੇ ਅੱਜ ਇਹਨੂੰ ਦੇਣੀ ਆਪਾਂ ਦਵਾਈ ਜੀਆਂ ਦੀ ਇਹਨੂੰ ਜੀਆਂ ਵਾਲੀ ਦਵਾਈ ਦੇ ਦੇਣੀ ਅੱਜ ਆਪਾਂ ਫਿਰ ਇਹਨੂੰ ਇੱਕ ਇੱਕ ਮਹੀਨੇ ਬਾਅਦ ਤੋਂ ਦੇਈ ਜਾਣੀ ਆ ਬਸ ਹੁਣ ਠੀਕ ਆ ਜੀਆਂ ਵਾਲੀ ਦਵਾਈ ਇੱਕ ਮਹੀਨੇ ਬਾਅਦ ਤੋਂ ਦੇ ਦੇਣੀ ਆ ਅਤੇ ਗੱਲ ਕਰੀਏ ਇਹਦੀ ਮਾਂ ਦੀ ਇਹਦੀ ਮਾਂ ਆਹ ਖੜੀ ਆ ਜੀ ਨਾਗਣੀ ਤਾਂ ਟਾਈਮ ਦੁਪਹਿਰ ਦਾ ਹੁਣ 3 ਕੁ ਦਾ ਟਾਈਮ ਹੈ ਸੰਨੀ ਕਰਤੀ ਅਤੇ ਨਹਾਉਂਦੇ ਤੋਂ ਮਾੜਾ ਮੋਟਾ ਤਾਂ ਸੰਨੀ ਹੋ ਜਾਂਦਾ ਹਰ ਜਾ ਯਾਰ ਕਿਉਂ ਐਂ ਕਰਦੀਆਂ ਹੁੰਦੀਆਂ ਅਤੇ ਤੁਸੀਂ ਆਹ ਦੇਖ ਸਕਦੇ ਹੈ ਨਾ ਆਪਣਾ ਹੀ ਮਾੜੀ ਜੀ ਤਾਂ ਬਟ ਉਹ ਨਹੀਂ ਇੱਧਰ ਮਾਰ ਕੇ ਨਿਕਲ ਜਾ ਫਿਰ ਬਸ ਉਹਨੇ ਪਾਣੀ ਪੀ ਲਿਆ ਸੀ ਪਰਲੀ ਨੇ ਤਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਆਪਣੀ ਨੀਲੀ ਇਹ ਵੀ ਗੱਬਣ ਚੈੱਕ ਕਰਵਾਤੀ ਸੀ ਆਰਡਰ ਉਡਰ ਦੇਖ ਸਕਦੇ ਹਾਂ ਉਧਰੋਂ ਨਾਗਣੀ ਨੂੰ ਦੇਖ ਸਕਦੇ ਹਾਂ ਹੈ ਨਾ ਤਾਂ ਬਾਕੀ ਜਦੋਂ 6:30 ਵੱਜਣੇ ਆ ਧਾਰਾਂ ਦਾ ਟਾਈਮ ਹੋਣਾ ਉਦੋਂ ਹੋਰ ਵੀ ਦੁੱਧ ਭਰ ਲੈਣਾ ਐਵਰੇਜ ਮਤਲਬ ਜੇ ਆਪਾਂ ਐਵਰੇਜ ਦੀ ਗੱਲ ਕਰੀਏ ਦੁੱਧ ਦੀ ਜਿਹੜੀ ਘੰਟੇ ਦੀ ਸਪੀਡ ਹੈ ਜੋ ਤਾਂ ਇਹ ਸੱਜਰਾਂ ਹੁੰਦੀਆਂ ਉਹ ਤਾਂ ਇਹ ਇੱਕ ਇੱਕ ਘੰਟੇ ਦੇ ਵਿੱਚ 1 ਕਿਲੋ 900 ਗ੍ਰਾਮ ਦੀ ਰਹਿੰਦੀ ਹੈ ਹੁਣ ਮੰਨ ਲਾ ਇਹਨਾਂ ਦੀ ਘੰਟੇ ਦੀ 900 ਗ੍ਰਾਮ ਦੀ ਹੋਊਗੀ ਜਿਹੜੀ ਇਹਦੀ ਐਵਰੇਜ ਨਾਗਣੀ ਦੀ ਵੀ ਜੇ ਹਜੇ 3 ਘੰਟੇ ਪਏ 3 ਘੰਟੇ 900-900 ਗ੍ਰਾਮ ਹੋਰ ਦੇਖ ਲਓ ਘੱਟੋ ਘੱਟ 2.5 ਕਿਲੋ ਦੁੱਧ ਨੇ ਹੋਰ ਮਤਲਬ ਪੈਦਾ ਕਰ ਲੈਣਾ ਜਦੋਂ ਹੱਥ ਹੋਣਾ ਚੱਲ ਬਈ ਚੱਲ 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 ਐਂ ਨਹੀਂ ਕਰਨਾ ਚੱਲ ਦੇਖ ਸਕਦੇ ਹਾਂ ਬਾਈ ਇਹ ਦੇਖੋ ਵਿੱਚ ਬਹੁਤ ਭਰਾ ਨੇ ਆਖੇ ਜੀ ਬਾਈ ਕਹਿੰਦੇ ਬਾਈ ਨਾਗਣੀ ਚਵਾਉਂਦੇ ਹੁਣ ਨਾਗਣੀ ਚਵਾਉਣ ਨੂੰ ਜੀ ਨਹੀਂ ਕਰਦਾ ਕਿਉਂਕਿ ਹੁਣ ਮੰਮੀ ਦਾ ਕਹਿੰਦੀ ਹੁਣ ਐਂ ਨਾ ਆਹ ਕੱਟਾ ਜਦੋਂ ਸ਼ੇਰ ਬੱਗਾ ਚੁੰਘਦਾ ਨਾ ਰੂਹ ਖੁਸ਼ ਹੋ ਜਾਂਦੀ ਵੀ ਚੁੰਘਣ ਦੇ ਦੋ ਥਾਂ ਚੋ ਲਈਦੀ ਆ ਅਤੇ ਦੋ ਥਾਣੇ ਤੋਂ ਪੀਤੇ ਨਹੀਂ ਜਾਂਦੇ ਬਸ ਇੰਨਾ ਇੰਡ ਵਾਲੀ ਗੱਲ ਹੈ ਵੀ ਦੋ ਥਾਣੇ ਪੀ ਨਹੀਂ ਸਕਦਾ ਅਤੇ ਹਜੇ ਇੱਧਰਲੇ ਗੋਡੇ 'ਤੇ ਮਾੜੀ ਜੀ ਸੋਚ ਹੈਗੀ ਆ ਅਤੇ ਸੋਚ ਹਾਂ ਮਾੜੀ ਜਿਹੀ ਸੋਚ ਹੈਗੀ ਆ ਮਾਮੂਲੀ ਜੀ ਅਤੇ ਥੋੜ੍ਹੀ ਬਹੁਤੀ ਤਕਲੀਫ ਮੈਨੂੰ ਹਟ ਗਿਆ ਇੱਧਰਲੀ ਲਾਤੇ ਪਹਿਲਾਂ ਦੀ 7 ਵਜੇ ਸੀ ਅਤੇ ਉਹ ਵੀ ਠੀਕ ਹੋ ਗਈ ਰੱਬ ਜਾਣੇ ਕਿਵੇਂ ਵੱਜੇ ਆਪਾਂ ਨੂੰ ਨਹੀਂ ਪਤਾ ਹੈ ਨਾ ਤਾਂ ਵਧੀਆ ਹੁਣ ਇਹ ਵੀ ਦੇਈ ਜਾਂਦੀ ਹੈ ਚਰਨਜੀਤ ਹੁਣ ਇਹਦਾ ਦੁੱਧ ਕਿੰਨਾ ਜੁੱਖ ਹੈਗਾ ਤੁਸੀਂ ਤੁਹਾਨੂੰ ਤੱਕ ਜੀ ਨਾਲ ਤਾਂ ਵੀ ਡੰਗ ਦਾ 9-9.5 ਕਿਲੋ ਇਹਦਾ ਡੰਗ ਦਾ 9-9.5 ਕਿਲੋ ਹੁੰਦਾ ਕਹਿਣ ਦਾ ਭਾਵ 9 × 18 ਅਤੇ 19 ਲੀਟਰ ਹੈ ਅੱਛਾ ਜਿੱਦੇ ਉਹੀ ਬੱਚੇ ਦਾ ਜਹਾਜ਼ ਜੀ ਅਜੇ ਜਿੱਦੇ ਵੀ ਖੁਸ਼ ਨਾ ਹੋਵੇ ਉਹ ਤਾਂ ਇਹ 1 ਕਿਲੋ ਦੁੱਧ ਘੱਟ ਦਿੰਦੀ ਹੈ ਤਾਂ ਨਹੀਂ ਇਹ ਫਿਰ 19 ਕੁ ਲੀਟਰ ਦੁੱਧ ਦੇਈ ਜਾਂਦੀ ਆ ਹੁਣ ਅਤੇ ਗੱਭਣੇ ਉਹਦਾ ਆਪਾਂ ਚੱਕਰ ਅਸੀਂ ਗੱਭਣ ਕਿੰਨੀ ਮਿਲਦੀ ਹੋਊਗੀ ਲੱਗ ਪਾ ਅਤੇ ਉਸ ਹਿਸਾਬ ਨਾਲ ਇਹਨੇ ਜ਼ਿਆਦਾ ਹੋਊਗੀ ਉਹਦਾ ਚੱਕੀ ਕਰਵਾਤੀ ਸੀ ਇਹ 3 ਤੋਂ ਉੱਤੇ ਹੋਊਗੀ ਜੀ 4 ਮਹੀਨਿਆਂ ਦੇ ਕਰੀਬ ਹੋਊਗੀ ਹੋ ਸਕਦਾ ਹੈ ਨਾ ਕਿਉਂਕਿ ਹੁਣ 5ਵਾਂ ਮਹੀਨਾ ਚੱਲ ਪਿਆ ਨੇ 11ਵੇਂ ਕੁ ਮਹੀਨੇ ਸੋਣਾ ਮੇਰੇ ਹਿਸਾਬ ਦੇ ਨਾਲ ਪਤਾ ਨਹੀਂ 12ਵੇਂ ਹੁੰਦਾ ਮੈਂ ਡੈਰੀ 'ਤੇ ਦੇਖੂੰਗਾ ਯਾਨੀ ਕਿ ਇਹ 4 ਮਹੀਨਿਆਂ ਦੇ ਕਰੀਬ ਹੋ ਗਈ ਹੋਊ ਗੱਭਣ ਅਤੇ ਨਾਗਣੀ ਦਾ ਟੀਕਾ ਲਵਾਤਾ ਇਹ ਤਾਂ ਤੁਹਾਨੂੰ ਦੱਸਿਆ ਸੀਗਾ ਅਤੇ ਨਾਗਣੀ ਦੇ ਵੀ ਹੁਣ ਆਪਾਂ ਟੀਕਾ ਲਵਾਤਾ ਆਪਣਾ ਤਾਂ ਨਾਗਣੀ ਹੁਣ ਨਾਗਣੀ ਦਾ ਸਹੀ ਦੋਸਤਾਂ ਦਾ ਪੁੱਤ ਕਿੰਨਾ ਹੁੰਦਾ 6 ਤੇ 6 ਦੋਸਤਾਂ ਦਾ ਜਮ੍ਹਾਂ ਕਿੰਨਾ ਹੁੰਦਾ 2 ਥਣਾਂ ਦਾ ਜਿਹੜਾ 2 ਥਣਾਂ ਦਾ ਦੁੱਧ ਹੈ ਨਾਗਣੀ ਦਾ ਉਹ 6 ਲੀਟਰ 6.25 ਲੀਟਰ 6.5 ਲੀਟਰ ਇਹ ਹੈ 6.5 ਲੀਟਰ ਦੇ ਹਿਸਾਬ ਦੇ ਨਾਲ 13-13 ਦੂਣੇ 26 ਠੀਕ ਹੈ ਅਤੇ ਕਿਤੇ ਕਈ ਵਾਰੀ 6 ਕਰ ਦਿੰਦੇ ਜਾਣੀ ਕਿ ਉਹੀ ਬਸ 23-24 ਲੀਟਰ ਦਾ ਦਿੰਦੀ ਹੁੰਦੀ ਆ ਪੱਕਾ
ਤੇ ਕਈ ਵਾਰੀ ਇਹ 26 ਲੀਟਰ ਤੱਕ ਵੀ ਦੇ ਦਿੰਦੀ ਹੈ ਜੇ 6:30 ਹੋ ਜਾਂਦਾ 26 ਹੋ ਜਾਂਦੀ ਹੈ ਗੱਲ ਕਰ ਕੱਟੇ ਤਾਂ ਚੁੰਗਾ ਨਹੀਂ ਜਾਂਦਾ ਕੱਟਾ ਟਾਈਮ ਵਾਲਾ ਲਾਉਂਦਾ ਇਹ ਮੱਝ ਸਾਰਿਆਂ ਨੂੰ ਪਤਾ ਮੇਲੇ ਦੇ ਇਹਦੀ ਜਿਹੜੀ ਚਪਾਈ ਹੈ ਨਾ ਤਾਂ ਕੋਈ ਜ਼ੋਰ ਲਾਇਆ ਹੁਣ ਵੀ ਸੌ ਵਾਲਾ ਕੰਮ ਹੀ ਹੈ ਵੀ ਜੇ ਇਹਨੂੰ ਖਲ ਵੀ ਪੈਂਦੀ ਹੋਵੇ ਇੱਕ ਟਾਈਮ ਦੀ ਆਹੋ ਇੱਕ ਕਿਲੋ ਹੀ ਪਾਉਣੇ ਇੱਕ ਕਿਲੋ ਇੱਕ ਟਾਈਮ ਦੀ ਲੇਟੀ ਆ ਉਹ ਵੀ ਸੁਬਾਹ ਦੁੱਧ ਦਿੰਦੀ ਹੈ ਜਦੋਂ ਮੇਲਿਆਂ 'ਤੇ ਹੁੰਦੀ ਆ ਤਾਂ ਦੇਖੋ ਦੋ ਦੋ ਟਾਈਮ ਲੇਟੀਆਂ ਲੇਟੀਆਂ ਦੇ ਵਿੱਚ ਕੈਲਸ਼ੀਅਮ ਦੂਜਾ ਸਮਾਨ ਆਪਣਾ ਬਰੋਟੋਨ ਉਹ ਕਿਹੜੀ ਆ ਲੀਵਰ ਟੋਨਕ ਜਾਣੀ ਕਿ ਭੁੱਖ ਦੀ ਦਵਾਈ ਉਹ ਹੋ ਜਾਂਦੀ ਆ ਅਤੇ ਹੋਰ ਕਈ ਚੀਜ਼ਾਂ ਮਤਲਬ ਜਿਵੇਂ ਮੰਨ ਲਾ ਵੀ ਲੇਟੀ ਟਾਈਮ ਤੋਂ ਟਾਈਮ ਪਾਉਣੀ ਜਿਹੜੀ ਖੁਰਾਕ ਟਾਈਮ ਤੋਂ ਟਾਈਮ ਪਾਉਣੀ ਵੀ ਉਹ ਕੰਮ ਨਹੀਂ ਇੱਥੇ ਕਿਉਂਕਿ ਆਏ ਹਾਂ ਵੀ ਚੋਣ ਵਾਲਾ ਸਿਸਟਮ ਨਹੀਂ ਨਾ ਵੀ ਆਏ ਹਾਂ ਵੀ ਯਾਰ ਕੱਟੇ ਨੂੰ ਚੁਕਾਉਣਾ ਕੱਟਾ ਲਾਉਂਦਾ ਟਾਈਮ ਜ਼ਿਆਦੇ ਕੱਟੇ ਤੋਂ ਪਹਿਲਾਂ ਸੱਟ ਸੁੱਟ ਵੱਜਣ ਕਰਕੇ ਦੁੱਧ ਨਹੀਂ ਚੁੰਘਾ ਜਾਂਦਾ ਸੀ ਤਾਂ ਫਿਰ ਮੈਂ ਕਿਹਾ ਨਹੀਂ ਯਾਰ ਇਹਦੀ ਕੱਟੇ ਨੂੰ ਚੱਲਣ ਦੇ ਵੀ ਕੱਟੇ ਨੂੰ ਖੜਨ ਦੇ ਕੱਟਾ ਹੁਣ ਮਗਰਲਾ ਦੁੱਧ ਪੀ ਕੇ ਮੂਰਲਾ ਸਾਨੂੰ ਕਈ ਵਾਰੀ ਸਾਰੇ ਹੀ ਛੱਡ ਦਿੰਦਾ ਅਤੇ ਕਈ ਵਾਰੀ ਅੱਧਾ ਕੁ ਪੀ ਲੈਂਦਾ ਯਾਨੀ ਕਿ 2.5 ਕਿਲੀਟਰ ਦੁੱਧ ਅਸੀਂ ਚੋਲਾਂ ਨੇ ਉਰਲੇ ਪਾ ਜਿਹੜਾ ਕੱਟਾ ਛੱਡਦਾ ਅਤੇ ਉਸ ਹਿਸਾਬ ਨਾਲ ਕੱਟਾ ਜਿਹੜਾ ਦੁੱਧ ਪੀਂਦਾ 3-3.5 ਕਿਲੋ ਇਹਦਾ ਦੁੱਧ ਪੀਂਦਾ ਉਹ ਮੱਥਾ ਚੱਕਣ ਵਾਲਾ ਅਤੇ ਇਹ ਆ ਗਈ ਸੈਕਟਰੀ ਵਾਲੀ ਮੱਝ ਜੀ ਇਹ ਮੱਝ ਵੀ ਮੇਰੇ ਵਾਸਤੇ ਬਹੁਤ ਲੱਕੀ ਸੀਗੀ ਜਦੋਂ ਪਹਿਲੀ ਮੱਝ ਮੇਰੇ ਘਰ ਦੀ ਇਹੀ ਹੈ ਯਕੀਨ ਬੈਠੇ ਗਿਆ ਪਹਿਲੀ ਮੱਝ ਮੇਰੇ ਘਰ ਦੀ ਮਤਲਬ ਇਹ ਹੈ ਜਿਹੜੀ ਨੂੰ ਮਤਲਬ ਸਾਰਾ ਟੱਬਰ ਚਾਹੁੰਦਾ ਅਤੇ ਇਹਦਾ ਨਾਮ ਪਿਆਰ ਨਾਲ ਸੈਕਟਰੀ ਵਾਲੀ ਹੈ ਅਤੇ ਊਂ ਸਭੋ ਨਾਮ ਹੈ ਇਹਦਾ ਅਤੇ ਜ਼ਿਆਦਾਤਰ ਉਹ ਕਰ ਲੈਂਦੇ ਆ ਅਤੇ ਇਹਦਾ ਨਾਮ ਦਿੱਲੀ ਵਾਲੀ ਕਹਿ ਦਿੰਦੇ ਆ ਅਤੇ ਦਿੱਲੀ ਵਾਲੀ ਉਹਦੇ ਕਿੰਨੇ ਮਹੀਨੇ 6-6.5 ਮਹੀਨੇ ਦੀ ਗੱਭਣ ਲੱਗਾ ਆਪਾਂ ਹੋਈ ਹੈ ਨਾ ਯਾਨੀ ਕਿ ਇਹਨੇ 9-10 ਮਹੀਨੇ ਸੁਣਾ ਉਹਦੇ 'ਚ 3 ਮਹੀਨੇ ਰਹਿ ਗਏ ਬਾਈ ਇਹਨੂੰ ਇਹਨੂੰ ਉਹ ਇਹਨੂੰ ਸੱਚ ਇੱਕ ਮੈਂ ਕੱਲ੍ਹ ਆਖਿਆ ਸੀਗਾ ਵੀ ਇਹਨੂੰ ਡਰਾਈ ਕਰਾਂਗੇ ਡਰਾਈ ਕਰਨ ਲੱਗੇ ਕਿ ਝੋਟੀ ਨਹੀਂ ਲੱਗੇ ਕਰਤੀ ਆਹ ਤੀਜੇ ਡੰਗ ਚੋਣੇ ਆ ਜੀ ਇਹ ਡਰਾਈ ਕਰਤੀ 3 ਮਹੀਨੇ ਰਹਿ ਗਏ ਅਤੇ ਇਹਦੇ ਆਹ ਜਿਹਦੇ 24 ਤਰੀਕ ਹੋ ਗਈ ਉਹਦੇ ਦੇ 3 ਮਹੀਨੇ ਰਹਿਣਗੇ ਹਾਂ ਪੁੱਤ ਕੀ ਹੋ ਗਿਆ ਤੇਰਾ ਸਿਰ ਧੋਤਾ ਨਹੀਂ ਤੂੰ ਖੋਲ੍ਹ ਨਹੀਂ ਕਰੂੰਗਾ ਮੂੰਹ ਤਾਂ ਕੀਤਾ ਨਹੀਂ ਇੱਧਰ ਜੇ ਮੂੰਹ ਕਰੇਂਗੀ ਫੇਰ ਹੀ ਧੋਊਂਗਾ ਉਹ ਫੋੜਾ ਲਿਆਇਓ ਜਵਾਨੋ ਓਏ ਆ ਜਾਓ ਸ਼ੇਰੋ ਆ ਜਾਓ ਕਰਾ ਭੱਜ ਕੇ ਇਹ ਹੈਗੀ ਆ ਜੀ ਆਪਣੀ ਦਿੱਲੀ ਵਾਲੀ ਕਰਮਾ ਵਾਲੀ ਮੱਝ ਇਹ ਵੀ ਇਹਨੇ ਵੀ ਮੇਲੇ 'ਤੇ ਬਹੁਤ ਪੜਾਕੇ ਪਾਏ ਇਹਨੇ ਗੱਲ ਕਰ ਜੇ ਸੰਗਲ ਜੇ ਨਾ ਵਸਾਇਆ ਕਰਦੀ ਸਿੰਘ 'ਚ ਕਮਲੀ ਨੇ ਆਪਦੀ ਸਕੀਨੀ ਗਾਲ ਲਈ ਸਿੰਘ ਤੜਾ ਕੇ ਅਤੇ ਬਾਡੀ ਤੁਸੀਂ ਦੇਖ ਸਕਦੇ ਆ ਇਹਨੂੰ 24 ਤਰੀਕ ਨੂੰ 3 ਮਹੀਨੇ ਰਹਿ ਜਾਣਗੇ ਸਹੀ ਅਤੇ ਇਹਨੂੰ 24 ਤਰੀਕ ਨੂੰ ਡਰਾਈ ਕਰਨ ਲੱਗਾਂਗੇ ਉਹ 12 ਤਰੀਕ ਨੂੰ 3 ਮਹੀਨੇ ਰਹਿੰਦੇ ਆ ਉਹ ਡਰਾਈ ਕਰਨ ਲੱਗ ਗਏ ਤੀਜੇ ਡੰਗ ਕਰਤੀ ਠੀਕ ਆ ਝੋਟੀ ਅਤੇ ਥਣ ਦੇਖੋ ਡਰਾਈ ਡਰਾਈ ਜਦੋਂ ਇਹ ਵੀ ਡਰਾਈ ਹੋ ਗਈ ਇਹਦੇ ਵੀ ਨਾਲ ਜੁੜ ਜਾਣਗੇ ਅਤੇ ਉਹ ਡਰਾਈ ਹੋ ਗਈ ਉਹਦੇ ਵੀ ਨਾਲ ਜੁੜ ਜਾਣਗੇ ਅਤੇ ਉਮੀਦ ਕਰਦੇ ਹਾਂ ਵੀ ਆਹ ਝੋਟੀ ਆਈ ਤੀ ਦੁੱਧ ਘੱਟੋ ਘੱਟ ਇਹਨਾਂ ਨਾਂ ਵਾਲਾ ਵੀ 22-24 ਲੀਟਰ ਦੁੱਧ ਦੇਣਾ ਚਾਹੀਦਾ ਇਹਨੂੰ ਜਿਵੇਂ ਪਹਿਲੀ ਹੁਣ ਇੱਥੇ 18.5 ਲੀਟਰ ਦੁੱਧ ਦਿੱਤਾ ਸੀ ਲੈ ਮੈਨੂੰ ਕਿਉਂ ਮਾਰੀ ਜਾਂਦੀ ਹੈ ਇਹ ਆ ਗਈ ਜੀ ਸਮਰਾਟ ਮਗੇਰੀਆਂ ਵਾਲੇ ਦੀ ਕੱਟੀ ਦਵਿੰਦਰ ਵਾਲੇ ਸਾਹਣ ਦੀ ਦੇਖ ਕਰ ਦੇਣਾ ਘੋੜੀ ਵਾਲੀਆਂ ਹਰਕਤਾਂ ਅਤੇ ਆਹ ਵੀ ਬੱਠਾ ਚੱਕ ਦੋ ਕੱਟੀ ਵਾਲਾ ਆਪਣਾ ਚੱਕ ਕੇ ਨਾ ਇਹਦੇ ਉੱਤੇ ਆਹ ਪਾਣੀ ਜਿਹਾ ਡੋਲਦੀ ਬੱਠਲ ਵਾਲੀ ਅਤੇ ਕੱਟੀ ਨੇ ਹੁਣ ਕੱਦ ਕੁੱਦ ਕਰਨਾ ਪੂਰਾ ਵਧੀਆ ਸਟਾਰਟ ਕਰਤਾ ਪੂਰੀ ਵਧੀਆ ਹੈਗੀ ਸਮਰਾਟ ਦੀ ਹੈ ਤੁਸੀਂ ਦੇਖੋ ਜੇ ਮੱਝ ਦੇ ਵਿੱਚ ਹੁਣ 7 ਮਹੀਨਿਆਂ ਦੀ ਗੱਭਣ ਹੋ ਗਈ ਸਹੀ ਮੱਝ ਇਹ 35-32 ਦਿਨਾਂ ਤੋਂ ਬੋਲ ਪਾਉਂਦੀ ਆ ਇਹ ਕੱਟੀ 8 ਮਹੀਨਿਆਂ ਦੀ ਹੋ ਗਈ ਅਤੇ ਇਹਦੀ ਵੀ ਹੈਟ ਹੂਟ ਵੀ ਦੇਖ ਸਕਦੇ ਹਾਂ ਕੱਦ ਕੁੱਦ ਦੇਖ ਸਕਦੇ ਹਾਂ ਬਹੁਤ ਜ਼ਬਰਦਸਤ ਠੀਕ ਹੈ ਅਤੇ ਸਾਰੇ ਟੱਬਰ ਦਾ ਮਤਲਬ ਪਿਆਰਾ ਤਾਂ ਸਾਰੇ ਜ਼ਿਆਦਾ ਇਹਨੂੰ ਪਿਆਰ ਕਰਦੇ ਜਦੋਂ ਖੜਦਾ ਤਾਂ ਸਾਰਿਆਂ ਕੋਲ ਐਂ ਖੜਦਾ ਵੀ ਇਹਨੂੰ ਮਤਲਬ ਇੰਨਾ ਕੁ ਪਿਆਰ ਮਿਲਦਾ ਯਾਰ ਜਵਾਕਾਂ ਜਿੰਨਾ ਦੇ ਪਿਆਰ ਮਿਲਦਾ ਇਹਨੂੰ ਹਰ ਵਕਤ ਹੀ ਅਤੇ ਉਹ ਹੈ ਪੁੱਤ ਕੌਣ ਅੱਛਾ ਮਾਮੇ ਵਾਲੀ ਗਾਂ ਭੂਆ ਕੇ ਨੂੰ ਤੋਰਤੀ ਆਪਾਂ ਰਾਈ ਵਾਲੇ ਸੋਨੇ ਕੇ ਨੂੰ ਉਹ ਮੈਂ ਸੂਨ ਵਾਲੀ ਸੀ ਭੂਆ ਕਹਿੰਦੀ ਦੁੱਧ ਹੈ ਨਹੀਂ ਮੈਂ ਗਾਂ ਲੈ ਜਾ ਠੀਕ ਆ ਉਹਨਾਂ ਦੁੱਧ ਸਰੀ ਦਾ ਭੂਆ ਅੱਗੇ ਕਹਿੰਦੀ 2 ਕਿਲੋ ਹੋਰ ਗਾਂ ਵੱਧ ਗਈ ਇਕੱਲੀ ਸੀ ਖੁਰਾਕ ਰੂਕ ਚੰਗੀ ਪਾਉਣ ਲੱਗ ਗਏ ਤੋਕੜ ਜੀ ਸੀ 10-11 ਲੀਟਰ ਦੁੱਧ ਦਿੰਦੇ ਆ ਭੂਆ ਕਹਿਣ ਵਧੀਆ ਸਰ ਗਿਆ ਅਤੇ ਆਹ ਦੇਖੋ ਬੇਲ ਵੀ ਦੇਖ ਸਕਦੇ ਤੁਸੀਂ ਕੱਟੇ ਦੀ ਐਂ ਨਾ ਜਦੋਂ ਚੌੜ ਕਰਦੇ ਨਾ ਬਾਹਲਾ ਜ਼ਿਆਦਾ ਉਹ ਕਰਦਾ ਇਹਨੂੰ ਤਾਂ ਬਾਈ ਖੋਲ੍ਹ ਕੇ ਪਾਉਂਦੀ ਬੰਦਾ ਮਗਰ ਤੋਰੀ ਚੱਲੇ ਠੀਕ ਆ ਬੰਦੇ ਦੇ ਮਗਰ ਤਾਂ ਜਾ ਕੇ ਬਾਹਲਾ ਜ਼ਿਆਦਾ ਖੁਸ਼ ਆ ਵੀ ਕੋਈ ਮਰਜ਼ੀ ਲੈ ਜੇ ਘਰੇ ਖੋਲ੍ਹ ਕੇ ਅਤੇ ਮੈਂ ਪੁੱਟੂ ਫਿਰ ਐਂ ਕਦੋਂ ਕਰਦੀ ਹੁੰਦੀ ਆਹ ਦੇਖੋ ਕਮਲੀ ਨੇ ਜਿਹੜਾ ਦਾਣਾ ਪਾਇਆ ਅੱਜ ਦਾਣਾ ਰੋਲੀ ਜਾਂਦੀ ਹੈ ਨਖਰੇ ਕਰੀ ਜਾਂਦੀ ਹੈ ਅਤੇ ਤੂੜੀ ਘੱਟ ਉਹ ਟਰੋਨੀ ਜੀਤ ਅਤੇ ਚੱਲ ਆਪਾਂ ਚੱਲਦੇ ਇਹਨੂੰ ਨਾ ਥੋੜ੍ਹੀ ਜਿਹਾ ਡੋਂਗੇ 'ਚ ਤੂੜੀ ਪਾ ਲਿਆ ਗਿੱਲੀ ਕਰਕੇ ਵਾਹਵਾ ਅਤੇ ਇਹਨੂੰ ਇਹਦੇ ਮੂਹਰੇ ਦਾਣਾ ਪਿਆ ਗਾ ਅਤੇ ਦਾਣਾ ਰਲਾ ਦੇ ਇੱਕ ਡੋਂਗਾ ਹੀ ਲਾਉਣਾ ਤੂੜੀ ਦਾ ਚੰਗਾ ਦਿੱਲੀ ਵਾਲੀ ਉਮਰ ਲੁਕੋ ਹਾਂ ਦਿੱਲੀ ਵਾਲੀ ਝੋਟੀ ਐਂ ਲਾ ਦਿੰਦੇ ਜਿਵੇਂ ਤੀਜੇ ਸੂਏ ਹੈ ਨਾ ਉਰਲੇ ਪਾਸੇ ਜੇ ਆਪਾਂ ਹੁਣ ਦੇਖਦੇ ਨਾ ਆਹ ਦੇਖੋ ਦਿੱਲੀ ਵਾਲੀ ਮੱਝ ਦੇਖੋ ਹੈ ਨਾ ਅਤੇ ਨਾਲ ਹੀ ਇਹਦੀ ਝੋਟੀ ਖੜੀ ਆ ਪਹਿਲੇ ਸੂਏ ਦੀ ਉਮਰ ਲੁਕੋ ਹੈ 5 ਸੂਏ ਆਪਣੇ ਕੋਲ ਹੋ ਗਏ ਉਹਨਾਂ ਨੇ 2 ਸੂਏ ਕਹੇ ਸੀ 7 ਸੂਏ 8ਵੇਂ ਸੂਏ ਨੂੰ ਸੂਣ ਵਾਲੀ ਆ ਵੀ ਇਹਦੀ ਕੱਟੀ ਹੈ ਠੀਕ ਹੈ ਇਹਨੇ ਵੀ ਸੰਗਲ ਜਿਹਾ ਤੜਾ ਲਿਆ ਇੰਨੇ ਕੁ ਜ਼ਿਆਦਾ ਕੰਮ ਜੇ ਸੀਗੇ ਉੱਧਰੋਂ ਮਿਸਤਰੀ ਕਹਿੰਦਾ ਆ ਜਾਓ ਅਤੇ ਆਹ ਸਾਰਾ
ਆਹ ਟੁੱਟਿਆ ਵਾ ਜਿਹੜਾ ਜਲਾਉਣਾ ਪੌਰ ਕਲੀ ਵਾਲਾ, ਅਤੇ ਉਹਦੇ ਦੂਜੇ ਪਾਸੇ ਟੁੱਟ ਗਿਆ ਅਤੇ ਟੇਢ ਹੀ ਪਾਤਾ ਫਿਰ ਰੱਸੇ ਦੇ ਵਿੱਚ, ਉਵੇਂ ਪਾ ਦਈਦਾ ਡੰਗਾ ਲਾ ਲਈਦਾ। ਸਿੰਘ ਸੁੰਘ ਵੀ ਦੇਖੋ, ਸਕੀਨੀ ਸਕੂਨੀ ਦੇਖੋ, ਹੁਣ ਸਾਰਾ ਕੁਛ ਕਰਦੇ ਹਾਂ। ਆਹੋ ਪਾਣੀ ਟੋਨੀ ਆਪੇ ਪਈ ਚੱਲੂ, ਮੈਂ ਤਾਂ ਜੀਤ ਜਾਂਦੇ ਹਾਂ ਜੀ। ਅੱਜ ਜੀਤ ਨੂੰ, ਜੀਤ ਕਹਿੰਦਾ ਬਾਈ ਮੈਂ ਲੈ ਕੇ ਆਉਣਾ ਮੋਬਾਈਲ। ਹੁਣ ਮੈਂ ਤਾਂ ਜੀਤ ਚੱਲੇ ਹਾਂ ਗੱਡੀ 'ਤੇ ਮੰਡੀ 'ਤੇ, ਗੱਡੀ ਅਸੀਂ ਖੜਾ ਤੁਸੀਂ ਬਾਹਰ 'ਚ, ਅਤੇ ਜੀਤ ਕਿਹੜਾ ਲੈ ਕੇ ਆਉਣਾ, ਗੀਤਾਂ ਵਾਲਾ ਆਪਾਂ ਕਿਹੜਾ ਲੈ ਕੇ ਆਉਣਾ? ਕੋਈ ਵੀ ਜੀਤ ਕਹਿੰਦਾ ਯਾਰ ਜਿਹੜਾ ਫਿੱਟ ਆ ਗਿਆ ਜੀਤ ਨੂੰ, ਕਹਿੰਦਾ ਉਹੀ ਲੈ ਲੈਣਾ। ਮੈਂ ਕਿਹਾ ਲੈ ਲਾ ਬਾਈ, ਠੀਕ ਆ। ਇਹਦੀ ਵੀ ਸੰਨੀ ਖਤਮ ਬਾਈ, ਬਿਲਕੁਲ ਠੀਕ ਆ। ਜਦੋਂ ਜੋ ਵੀ ਪਾਉਣੇ, ਜਿਵੇਂ ਤੜਕ ਕੇ ਮਾੜਾ ਮਾੜਾ 4 ਵੱਜ ਜਾਂਦਾ, ਦੇਖੋ ਇਹਦੀ ਵੀ ਬਸ ਐਂ ਮੰਨ ਲਓ ਆ ਖੂੰਜੇ ਐਂ ਚਲਾਈ ਬੈਠੇ, ਖਤਮ ਕਰ ਦਿਉ। ਜਮਾਂ ਥੋੜ੍ਹੀ ਥੋੜ੍ਹੀ ਪਾਉਣੀ ਹੈ। ਬਿੱਲੋ ਕੈਸੇ ਹੈ? ਬਿੱਲੋ ਕੀ ਕਹਿੰਦੀ ਆ ਟੋਨੀ? ਬਿੱਲੋ ਮੈਟ ਮਗਰ ਧੱਕ ਦਿੰਦੀ ਹੈ। ਬਿੱਲੋ ਦਾ ਮੈਟ ਅੱਜ ਖੋਲ੍ਹ ਕੇ ਮੂਹਰੇ ਕਰ ਦਿਉ। ਉਹ ਬਿੱਲੋ 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 ਇੱਕ ਇੱਦਾਂ ਦੀ ਆ, ਦੇਖ ਜਦੋਂ ਮੈਂ ਆ ਗਿਆ, ਪਤਾ ਨਹੀਂ ਇਹਨੂੰ ਮੇਰੇ ਨਾਲ ਕੀ ਮੁਹੱਬਤ ਆ ਯਾਰ, ਪਿਆਰ ਹੈ। ਮੈਂ ਕੁਛ ਨਹੀਂ ਕਰਦਾ, ਕਿਉਂ ਡਰ ਗਈ ਤੂੰ? ਮੈਂ ਹੋ ਗਿਆ ਠੀਕ ਹੈ, ਤੂੰ ਕਹਿਣਾ ਦੱਸ ਕਮਲੀਏ ਕਿਤੇ ਲਾਇਆ ਤੇਰੇ? ਮੈਂ ਤੈਨੂੰ ਹੱਥ ਨਹੀਂ ਲਾਉਂਦਾ, ਮੈਂ ਤਾਂ ਨਾਗਣੀ ਦੇ ਅਤੇ ਗ੍ਰੇਡਡ 'ਤੇ ਲਾ ਕੇ ਪਸਤਾਉਣਾ ਟੀਕਾ ਟੂਕਾ। ਉਹ ਹੁਣ ਮੈਨੂੰ ਘੂਰਦੀਆਂ ਜ਼ਿਆਦੇ, ਇੱਕ ਤਾਂ ਮੇਰੇ ਕੱਪੜੇ ਕੁੱਪੜੇ ਦੂਜੇ ਪਾਏ ਵੀ, ਅੱਜ ਕੈਪਰੀ ਕੁਪਰੀ ਜੀ ਪਾਈ ਸੀਗੀ, ਮੰਡੀ ਗਏ ਸੀਗੇ, ਪਰ ਬੂਟ ਲਾ ਕੇ ਉਵੇਂ ਜਿਕਰੀ ਵੜ ਜਾਂਦਾ ਮੈਂ, ਕਿਉਂਕਿ ਕੱਪੜੇ ਦਾ ਪੁਰਾਣੇ ਆਪਾਂ ਦੀ ਨਵੇਂ ਧੋਣੀ ਪੈਂਦੇ ਜਦੋਂ ਲਾਹ ਨੇ, ਅਤੇ ਆਪਣੀ ਆਦਤ ਆਪਾਂ ਉਵੇਂ ਜਿਕਰੀ ਕਦੇ ਬੂਟ ਲਾ ਕੇ ਵੜ ਜਾਈਦਾ, ਤਾਂ ਦੇਖ ਸਕਦੇ ਹਾਂ। ਹਾਂ ਕੀ ਹੋਇਆ, ਮੈਂ ਕੀ ਕਹਿਣਾ ਤੈਨੂੰ? ਹੈਂ ਇਹ ਦਰੀ ਕਦੋਂ ਜਾਂਦੀ ਅੱਜ? ਹੈਂ ਲੈ ਲੈ ਦੁੱਧ ਲੈ 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 ਲੈ, ਬਸ ਉਹੀ ਆ ਮੈਂ, ਡਰ ਨਾ ਕਰ ਰਿਹਾ, ਧਾਰ ਲੈ ਮਰ। ਆਹ ਦੇਖ ਸਕਦੇ ਹਾਂ ਜੀ, ਐਂ ਡਰਨਾ ਨਹੀਂ, ਠੀਕ ਹੈ ਪੁੱਤੂ? ਮੇਰੀ ਸ਼ੇਰ, ਮੇਰਾ ਸ਼ੇਰ, ਬਹੁਤ ਜ਼ਿਆਦਾ ਸਿਆਣੀ ਝੋਟੀ ਹੈ। ਅਤੇ ਆਡਰ ਦੇਖੋ, ਇਹ ਵੀ ਗੱਬਣ ਹੋ ਗਈ ਪਰਮਾਤਮਾ ਦੀ ਕਿਰਪਾ ਨਾਲ, ਇਹ ਵੀ ਗੱਬਣ ਹੋ ਗਈ। ਹਾਂ ਪੁੱਤ, ਤੂੰ ਤਾਂ ਨਹੀਂ ਡਰਦੀ? ਤੈਨੂੰ ਹੈਂ ਆਹ ਮੋਟੇ ਮੋਟੇ ਡੱਕੇ ਜੇ ਚੁੱਕਦੇ, ਉਹ ਖੋਲ੍ਹਣੀਆਂ ਸਾਰੇ, ਸਾਰੀਆਂ ਨੇ ਦੇਖੋ ਜੀ, ਫੀਡ ਖਾਲੀ ਖਾਲੀ ਕਰਤੀਆਂ ਉਹਨੇ। ਲੈ ਉਹ ਆਹ ਲਵੇੜੀ ਬੈਠੀਆਂ ਸਾਰਾ, ਲੈ ਤੂੰ ਵੀ ਲੈ ਲੈ, ਲੈ ਓ ਲੈ 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 ਤੂੰ ਵੀ ਲੈ 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 ਲੈ। ਇਹ ਵੀ 4 ਦੰਦ ਹੋ ਗਈ, ਮੈਨੂੰ ਲੱਗਦਾ ਪਤਾ ਨਹੀਂ 3 ਦੰਦ ਹੋ ਗਈ, 4 ਦੰਦ ਹੋ ਗਈ। ਹਾਂ ਦੇਖ ਸਕਦੇ ਹੋ ਤੁਸੀਂ, ਹੈ ਨਾ? ਵੈਸੇ ਇਹ ਮੁਹੱਬਤ ਹੈ ਇਹਨਾਂ ਨਾਲ ਮੇਰੀ, ਦੋਨਾਂ ਨਾਲ ਜ਼ਿਆਦਾ ਮੁਹੱਬਤ ਹੈ, ਇਹਨਾਂ ਨਾਲ ਮੇਰੀ ਥੋੜ੍ਹੀ ਜਿਹੀ ਘੱਟ ਬਣਦੀ ਹੈ, ਇਹਨਾਂ ਦੇ ਨਾਲ ਮੰਮੀ ਦੀ ਜ਼ਿਆਦਾ ਬਣਦੀ ਆ, ਮੱਸਾਂ ਦੀ। ਕੁਦਰਤ ਕੰਨੂ ਹੀ ਹੁੰਦਾ ਪਿਆਰ, ਤਾਂ ਜਿਵੇਂ ਇੱਕ ਮੱਝ ਹੈ ਉਹ ਮਤਲਬ ਜਿਵੇਂ ਹੋਰ ਜਦੋਂ ਜਾਂਦਾ, ਜਿਵੇਂ ਕਈ ਮੱਝ ਆ ਗਿਆ, ਜਿਵੇਂ ਮੈਂ ਦਿੱਲੀ ਵਾਲੀ ਹੋ ਗਈ, ਉਹਨੇ ਵੀ ਸਿਰ ਕਰਨਾ। ਜਿਹੜੀ ਸੈਕਟਰੀ ਵਾਲੀ ਇੱਕ ਮੈਨੂੰ ਸਭ ਤੋਂ ਪਿਆਰੀ ਉਹ ਹੈ, ਕਿਉਂਕਿ ਉਹ ਵੀ ਬੜਾ ਜ਼ਿਆਦਾ ਪਿਆਰ ਦਿੰਦੀ ਆ, ਹੈ ਨਾ? ਤਾਂ ਉਦੋਂ ਬਾਅਦ ਧਰਨਾੜ ਸਿੰਘ ਦਾ ਬੈਠੇ ਨੇ ਤਾਂ ਲਵੇੜ ਨਹੀਂ ਹੁੰਦਾ ਬੰਦੇ ਨੂੰ, ਹੁਣ ਧਰਨਾੜ ਵਾਸਤੇ ਬਣਾ ਦੇਣਾ ਵਧੀਆ ਸਿਸਟਮ। ਅਤੇ ਇਹਦੇ ਵਿੱਚ ਮਿੱਤਰੋ ਰਹਿ ਗਿਆ ਛੇਵੇਂ ਮਹੀਨੇ ਦੀ ਸੁਣਾ, 17 ਤਰੀਕ ਨੂੰ ਤਾਂ ਤੇਲ ਸਰੋਂ ਦਾ ਕਰਿਆ ਬਸ ਚਾਲੂ, ਅਤੇ ਵਿਟਾਮਿਨ 'ਚ ਹੁਣ ਕਰ ਦੇਣਾ ਇਹਦਾ ਚਾਲੂ ਦੋਨੇ ਟਾਈਮ ਵਿਟਾਮਿਨ 'ਚ। ਹੁਣ 15-15 ਐੱਮ ਐੱਲ ਜਿੱਦੇ ਮਹੀਨਾ ਰਹੇਗਾ, 20-20 ਐੱਮ ਐੱਲ ਲੇਟੀ ਬਣਨ ਲੱਗ ਗਈ। ਲੇਟੀ ਦੇ ਵਿੱਚ ਇਹਨੂੰ 150-200 ਗ੍ਰਾਮ ਤੇਲ ਪਾ ਦਿੱਤਾ, ਅਤੇ ਸਿੰਘ ਮੈਂ ਉਹਦੇ ਆਖਿਆ ਜੀ ਮੈਂ ਬਣਾਈ, ਉਹ ਕਹਿੰਦਾ ਸਿੰਘ ਨਹੀਂ ਇਹਦੇ ਬਣਾਉਣੀ, ਸਿੰਘ ਬਾਅਦ 'ਚ ਬਣਾਵਾਂਗੇ। ਅਤੇ ਝੋਟੀ ਡਬਲ ਬਹੁਤ, ਇਹਦੇ ਸੰਗਲ ਦੇਖ ਲਓ, ਧੌਣ ਦੇ ਵਿੱਚ ਸਭ ਤੋਂ ਵੱਡਾ ਸੰਗਲ ਵੀ ਇਹਦੇ ਟਾਇਟ ਰਹਿੰਦਾ। ਤਾਂ ਹੁਣ ਇਹਨੂੰ ਉਸ ਹਿਸਾਬ ਨਾਲ ਸਾਂਭਣਾ। ਅਤੇ ਹਾਂ ਬਈ, ਉਹ ਇਹਦਾ ਨਾਂ ਕੀ ਰੱਖਿਆ ਸੀ ਆਪਾਂ? ਇਹਦਾ ਨਾਮ ਮੈਂ ਭੁੱਲ ਗਿਆ ਯਾਰ, ਇਹਦਾ ਨਾਂ ਆਪਾਂ ਇੱਕ ਤਰ੍ਹਾਂ ਲੇਡੀ ਗਾਗਾ ਤਾਂ ਉਹਦੇ ਨਾਲ ਰੱਖਿਆ ਸੀ, ਠੀਕ ਹੈ? ਇੱਕ ਆਪਣੇ ਕੋਲ ਉਹ ਝੋਟੀ ਜਿਹੜੀ ਮਰ ਗਈ ਸੀ ਲੇਡੀ ਗਾਗਾ, ਉਹ ਕੁੰਡੀ ਦੇ ਨਾਲ ਸੀ, ਹੈ ਨਾ? ਉਹਦਾ ਨਾਂ ਗਾਗਾ ਸੀਗਾ, ਇਹਨੂੰ ਦਿੱਲੀ ਵਾਲੀ ਝੋਟੀ ਕਹਿੰਦੇ ਹਾਂ। ਇਹਦਾ ਯਾਰ ਆਪਾਂ ਨਾਮ ਰੱਖਣਾ, ਤੁਸੀਂ ਦੱਸੋ ਆਹ ਝੋਟੀ ਦਾ ਆਪਾਂ ਨਾਮ ਕੀ ਰੱਖੀਏ, ਉਦੋਂ ਬਾਅਦ ਆਹ ਝੋਟੀ ਦਾ ਨਾਮ ਕੀ ਰੱਖੀਏ। ਇਹ ਦੋਨੇ ਗੱਬਣ, ਅਤੇ ਆਹ ਹੁਣ 2 ਸਾਲ ਦੇ ਕਰੀਬ ਹੈ, ਇਸੇ ਮਹੀਨੇ ਦੇ ਵਿੱਚ 2 ਸਾਲ ਦੀ ਪੂਰੀ ਹੋਜੂ, ਠੀਕ ਹੈ? ਅਤੇ ਗੱਬਣ ਹੈਗੀ ਇਹ 5-6 ਮਹੀਨਿਆਂ ਦੀ। ਅਤੇ ਲਾਈਟ ਗਈ ਜੀ, ਫੁਹਾਰੇ ਵੀ, ਫੋਗਰ ਵੀ ਬੰਦ ਹੋ ਗਏ ਸਾਰਾ ਕੁਛ, ਅਤੇ ਬਰਾਂਡੇ ਦਾ ਟੈਂਪਰੇਚਰ ਦੇਖੋ ਤੁਸੀਂ ਆ ਕੇ ਜਿੱਦੇ ਕਿਤੇ ਮੈਨੂੰ ਮਿਲਣ ਆਈ। ਆਹ ਦੇਖ ਲੈ, 1.25 ਸੇ ਦੇਤੀ ਉਹਦੀ ਪੂਛ ਮਾਰੀ ਕੰਨ 'ਤੇ, ਮੈਨੂੰ ਕਹਿੰਦੇ ਲਵੇੜ ਦਿਆਂ ਮੈਂ ਨਾ ਜ਼ਿਆਦਾ ਨਜ਼ਦੀਕ ਰਹਿ ਪੈਣਾ ਜੇ ਕਦੀ ਪੂਛ ਘੁਮਾਉਂਦੀ ਹੈ। ਅਤੇ ਇਹਦਾ ਨਾ ਮੇਰਾ ਯਾਰ ਹੈ ਕੈਂਡੀ, ਭਤੀਜਾ ਵੀ ਲੱਗਦਾ, ਸਾਡੀ ਆਪਸ ਮੈਂ ਮੁਹੱਬਤ ਆ ਵਧੀਆ। ਅਤੇ ਅਸੀਂ ਮੇਲੇ 'ਤੇ ਗਏ ਸੀਗੇ, ਆਹ ਦੋਨੇ ਮੈਸਾਂ ਲੈ ਕੇ, ਇੱਕ ਨਾਗਣੀ ਅਤੇ ਇਹਦੀ ਮਾਂ ਗ੍ਰੇਡਡ, ਕਿਉਂਕਿ ਕਈ ਮੇਲੇ ਜਿੱਤੇ ਇਹਨਾਂ ਨੇ ਆਪਣੇ ਨਾਮ, ਕਈ ਮੇਲੇ ਕਰਕੇ ਦਿੱਤੇ ਆਪਣਾ ਨਾਮ ਬਣਾਇਆ। ਤਾਂ ਇਹਦਾ ਨਾਂ ਸੀਗਾ ਜਿਹੜਾ, ਨਹੀਂ ਆਹ ਨਹੀਂ, ਇਹਦਾ ਹਜੇ ਉਹ ਝੋਟੀ 'ਤੇ ਦਿੱਲੀ ਵੱਲ ਦੀ ਆਈਤੀ ਮੇਲੇ 'ਤੇ ਜਾਊਗੀ ਮਾਂ। ਜਿਹੜੀ ਆ ਗਈ ਉਹ ਕਹਿੰਦਾ ਚਾਚਾ ਆਪਾਂ ਨਾ ਹੀ ਕਹਿੰਦਾ ਸ਼ੋਰਟ ਹੀ ਰੱਖਣੇ, ਇਹਦਾ ਨਾਂ ਨੀਲੀ ਰੱਖਣਾ। ਅਤੇ ਜਿਹੜੀ ਇਹ ਆ ਨਾਗਣੀ ਦੀ ਕੱਟੀ ਅਤੇ ਸ਼ਿਕੰਦਰ ਦੇ ਨਾਲ, ਇਹਦਾ ਨਾਂ ਰੱਖਣਾ ਕਾਲੀ, ਇਹਦਾ ਨਾਂ ਕਾਲੀ ਰੱਖਤਾ। ਨਾਂ ਜਿਹੜਾ ਕਿ ਇੱਕ ਆਪਣਾ ਅਸੂਲ ਆ ਬਾਈ, ਸਾਰੇ ਬੰਦੇ ਕਹਿੰਦੇ ਸਿੰਘਾਂ 'ਚ ਝਿਰੀਆਂ ਦੇ ਦਿਉ, ਐਂ ਕਰ ਦਿਉ, ਬਹੁਤ ਦੇ ਦਿਉ। ਮੈਂ ਅੱਜ ਤੱਕ ਦੇਖੋ ਮਾਵਾਂ ਦੇ ਸਿੰਘ ਵੀ ਖੁੱਲ੍ਹੇ ਆ ਸਾਰਾ ਕੁਛ, ਮੈਂ ਕਿਤੇ ਅੱਜ ਤੱਕ ਨਾ ਕੋਈ ਝਿਰੀ ਦਿੱਤੀ ਹੈ ਨਾ ਕੁਛ ਹੋਰ ਦਿੱਤੀ ਹੈ। ਜੇ ਕੋਈ ਸਿੰਘ ਹਾਂ ਖੁੱਭਣ ਲੱਗੇ, ਉਹ ਵੱਢ ਜ਼ਰੂਰ ਦੇਈਦਾ ਤਾਰ ਨਾਲ। ਹਾਂ ਪੁੱਤ ਲਵੂੰ ਦਿਖਾ ਦੇ ਤੂੰ ਵੀ, ਦੇਖੋ ਖੀਰੀ ਆ ਜੇ। ਖੀਰੀ ਦਾ ਮਤਲਬ ਇੱਕ ਚੀਜ਼ ਹੋਰ ਦੱਸਣਾ, ਜਿਹੜੇ ਆਹ 2 ਦੰਦ ਹੈ ਨਾ, ਇਹ ਡਿੱਗਣਗੇ, ਇਹ ਡਿੱਗ ਕੇ ਫਿਰ ਦੋ ਦੰਦ ਹੋ ਜੂਗੀ ਜਦੋਂ ਵੱਡੀ ਹੋ ਗਈ। ਤਾਂ ਸਾਰੀਆਂ ਮਤਲਬ ਐਂ ਮੰਨ ਲਓ ਵੀ ਜਿਹੜੇ ਝੋਟੀਆਂ ਜਦੋਂ ਆਪਾਂ ਜਾਂਦੇ ਹਾਂ ਮੁਹੱਬਤ ਕਰਦੀਆਂ,
ठीक है हाँ तो तू भी दंद दिखा दे, लाइट आ गई तेरे मुँह च की है। अच्छा हर जा एक मिनट, तू गाली फेर खा ली कद कर दी है। चंगा फिर उरे ता जा कट्ठे करके दूंगा जा, आ जा खा ली फिर आएगा, ऐ ना कर यार ऐ ना कर, दिखा दे गाली है मुँह चे, ठीक है आ लै चंगा चंगा लै आउंदा आउंदा खालू खालू फिर पानी पी लियो। तो ये जी अपना छोटा जहा फार्म छोटे भरा का छोटिया दवावान के सदके आ, जोड़े भरा कमेंट करते मैसेज करते बड़े भरावान ने मतलब प्यार दिता, तो मैं आ स्टारा का नहीं पता, बच्चे भरा ना स्टार बहुत भेजते हैं, मैं नहीं पता भी वह की चीज़ है। तो बाकी बहुत बहुत धन्यवाद उन्हों का दिलों, ठीक है जोड़े स्टार भी भेजते लाइक करते कमेंट करते बई, तो सारे भरावान लव जू है, ठीक है जोड़े भी प्यार देंगे है। तो आर्डर उर्डर तुम देख सकते झोटियां तोकड़ा तो आर्डर हजे भी तुम देख सकते हैं, सारिया गबन है वह गबन हो पांच छः महीनों की, ये होगी चार क महीनों की मेरे हिसाब के नाल, पहला सॉरी जी पांच छः महीनों की होगी वो तो हूँ किट लाई भी है। तो टीकों की जो गल करिए लिखा हुआ टीका जोड़ा ये टीका कि यार शायद लक्ष्मी डेयरी फार्म वालों का, ए भी लक्ष्मी डेयरी फार्म वाले का ए नहीं पता, ये दोनों से मैं लिखूंगा ए डकैन का टीका, मैंने उदो वरिंदर दे के गया तो डकैन का टीका लाया, एक डकैन तो गबन है उसने दसे भी मैं की तो गबन है ना। तो ये खड़ा जी पारस देख सकते हो तुम, पारस थोड़ा जहा मैं जिन्होंने आखना है लिस्सा लगता है, कहना भाई लिस्सा या नहीं खड़के दे कोले कद कर गया है, फिर उही गल जो मैं कोले खड़ा है अगे नूं जिथे मेरे आउंदा हुंदा सी उदू चार उंगलां होर जा बड़िया मतलब मेरे कन्ना तक आउण लग गया। तो इहनूं हुण बणाउणे आ, इहनूं करदे आ इहदे नाल भी गल हुण तोरा फिरा, तो आ भी झोटी बहुत बेल बूल करी जांदी है, ये भी कोहे नूर दी है, जदों दुध कढणगे गल कर थोड़ी जी, इत्थे थां दी समस्या सी, इहनां दे थां दी समस्या करके मतलब आपां नूं खेत जाणा पैंदा, तो नहीं आपां नूं कहण दा भाव वी इत्थे वधिया सरदा सी, बिच मैनूं कहिंदे सी भरा वी तूं ऐं करिया कर पंज सत्त बेच लै, ठीक है फिर कई बार तो मन बना लईदा वी बेच लांगे, तो दूजी बार ऐं हुंदा वी ना यार वी हुण सूणगी आ दुध देणी आ आपां की करना है ना। तो आह देखो जी गां की हैटरी दसा कि सुनी नहीं होनी, गां अपनी कुरुक्षेत्र मेले से हर एक बंदा डांग मार के इनू डक्कर दिंदा सी, इहदे इत्थे वजी भी सट आ देख सकते हो टोआ पिया वै, इत्थे वजी भी सट, तो ये भाई रात को तंबू दियां रस्सियां दे विच अड़ के बह गई, मैं ये फड़ के तंबू च कर ली 200 रुपया दिता मशीन वाले ने, चिचड़ वाले से मशीन वाले ने मुनती सारी लू मुनती, चिचड़ उचड़ बढ़े गए, उदू बाद एक टीका लवा लिया, उदू बाद डाक्टर जगजीत गोपी सान वाला नाली तंबू से उन्होंने मैं यार बस्सी छोटी है इनू एक बार चेक कर दे की ये अंदर लिफाफे जे हूँ गोहा और काला जहा करे, ठीक है असी लेटी लुटी खवाई है ना, तो उत्थे जाके इन खोलता से जो लेटी लुटी खान लग गई गोहा पतला कर लग गई, तो डॉक्टर ने जो चेक की कहना गबन है, मैं डॉक्टर बस्सी छोटी वाली है यार गबन किमें है, मैंने कहना देख पीती जी तो चौड़ा दूजी वह तो आप बाद करा, ठीक है पर यह मैटर के मैं कितने चौड़ नहीं की डॉक्टरी वाले से, मैं कहा ठीक है धन्यवाद बई। तो उही गल जगजीत कहना 2 महीने की गबन असी डेट लिख ली असी, तो 17 तरीक का मेला असी 18 घर आए थी पर 19 2020 इन्हें आने सार मतलब डेट लिख ली 2 महीने यह सही 7 महीने बाद सूपी, ठीक है दुध दिता 14 लीटर उदू बाद 1.5 महीने बाद फिर सौ गई फिर सूपी, हूँ दुध एक थन के दुध जमी एक गिलास ही आया से अति पर उन्होंने थन बचा लिया टीके टूके ला के थन मरन नहीं दिता, हूँ भी वह आधा गिलास तो अगले सूए में सैट कर लेंगे, हूँ भी इन्हें 14-15 लीटर दुध दिता, हूँ फिर यह 1.5 महीने बाद फिर सौ गई हूँ फिर सून वाली है बई, इन्हें सूना मेरे हिसाब से 7-8 महीने सूना, यह भी ड्राई वाला काम ही है पर इन ड्राई से नहीं करते, सेहत चंगी है तो दुध भी चंगा दी जाती है, दुधे के थले होगा 11-12 लीटर हूँ भी, तो आर्डर भी तुम देख सकते हैं, तो इन्हें सूना 7-8 महीने है तो उस हिसाब न 3 महीने पे है, तो इन ड्राई आप 1.5 महीना पहला करा, ठीक है जो 2 महीने रह गए उदो ड्राई करनी शुरू कर देंगे, 15 दिन ड्राई कर देंगे, तो 1.5 महीना दुध छड़ना है शरीर के हिसाब न ड्राई करनी है, जिवें आह मज्ज है मगरली बार पौने 2 महीने की ड्राई की है, तुम लाइव वीडियो देख सकते हैं ना, तो नागनी सही 2.5 महीना तो ड्राई हो गई थी, दिल्ली वाली 2.5-3 महीने तो ड्राई कर लगे ने 2.5 महीने तो जाके ड्राई हो जाती है, ठीक है ये 3 महीने तक पशु में छड़ना चाहिए इनका मझा का चंगा दुध लेना, ठीक है जी सारिया मझा आप छड़ते हैं झोटियां पाँदी झोटियां भी अपने को ड्राई सी 7-7 लीटर तो हुई हैं, तो बाकी इधर भी सूँ मैं दिखा दिना ये अपना हैगा फार्म छोटा जे नवे भरा जुड़े सारे देख लो, तो इधरों असी नमा नहीं क्योंकि ट्रैक्टर वाला बरांडा सैडा से बाद पाया ट्रैक्टर वाला बरांडा से ये कर लिया ए झोटी सी जी मर गई पहले सूए बहुत चंगा दुध दी हीरे की आ झोटी है इनू हूँ कल गब्बन चेक करवाई है 40 दिन की डॉक्टर कहना 50% चांस है तो देखो तो यह भी गब्बन है 5-6 महीने की होगी 6 महीने 6.5 महीने यदू चेक कराया डॉक्टर कहना 50-50 चांस है यह गब्बन है इनू भी ड्राई करता हजे थान भारा भर लेंगे भी तीजे चौथे डंग करते हैं ये नगीनी है लिबड़ी खड़ी है सारे तो बेहतर झोटी है मेरी कद दरमियाना फीड घट खानी है दुध ज्यादा देना तो ऊँ चौड़ापन वाला दे
ਜਿਵੇਂ ਇਹਨਾਂ ਦੇ ਚੌੜਾ ਪਾਉਣਾ ਜੇ ਮਗਰੋਂ ਦੇਖੂੰਗੇ ਨਾ ਆਹ ਚੀਜ਼ ਵਾਲੀ ਚੌੜੀ ਹੈ ਇਹਦੀ ਆਹ ਮੱਝਾਂ ਤੋਂ ਵੀ ਜੇ ਚੱਡਾ ਦੇਖੂੰਗੇ ਤੁਸੀਂ ਦੇਖ ਸਕਦੇ ਹੋ ਦੇਖੋ ਦੇਖੋ ਦੇਖ ਸਕਦੇ ਜਿਵੇਂ ਕੱਪੜਾ ਹੁੰਦਾ ਨਾ ਐਂ ਐਂ ਇਹਦਾ ਅਤੇ ਆਹ ਕੱਟੀ ਇਸੇ ਦੀ ਹੈ ਇਹ ਕੱਟੀ ਵੀ ਆਪਾਂ ਹੁਣ ਦੇ ਦੇਣੀ ਹੈ ਕਿਸੇ ਭਰਾ ਨੂੰ ਤਾਂ ਮਾੜੀ ਜੀ ਕੋਪਰ ਦੀ ਹੁਣ ਘਾਟ ਆ ਕੋਪਰ ਕੁਪਰ ਚੱਲਣਾ ਅਤੇ ਇਹ ਹੁਣ ਜੋ ਡਰਾਈ ਕਰਤੀ ਇਹ ਕੱਟੀ ਹੈਗੀ ਆ ਰੁਸਤਮੇ ਹਿੰਦ ਦੀ ਇਹ ਵੀ ਕੱਟੀ ਦੇ ਦੇਣੀ ਹੈ ਆਪਾਂ ਕਿਉਂਕਿ ਮਗਰ ਬੱਚੇ ਬੰਨਣੇ ਆ ਹੁਣ ਦੁਬਾਰੇ ਮੈਸਾਂ ਦੇ ਅਤੇ ਇਰਾਦੇ ਆ ਇਹ ਦੇਖ ਸਕਦੇ ਹਾਂ ਉਹ ਫਤਿਹ ਓਏ ਉਹ ਫਤਿਹ ਫਤਿਹ ਇੱਧਰ ਜਾ ਕੇ ਇੱਧਰ ਜਾ ਕਿੱਧਰ ਜਾਣਾ ਸੁੱਤਾ ਉੱਠ ਕੇ ਪੁੱਤ ਟਿਊਸ਼ਨ 'ਤੇ ਲੈ ਗਏ ਤੈਨੂੰ ਜਾ ਕੇ ਬਾਏ ਕਰ ਦੇ ਹਾਂ ਹਾਂ ਅਤੇ ਇਹ ਤਿਆਰੀ ਚੱਲੀ ਜਾਂਦੀ ਹੈ ਜੀ ਫਾਰਮ ਦੀ ਜਿਹੜੇ ਬੀਮ ਲੱਗਣੇ ਆ ਇਹ ਘਰੇ ਬੰਨੀ ਜਾਂਦੇ ਆ ਫਿਰ ਉੱਥੇ ਰਾਖੀ ਰੁਖੀ ਰੱਖਣੀ ਲੋਹੇ ਦੀ ਔਖੀ ਹੈ ਜਿਹੜੇ ਬੀਮ ਵਾਲਾ ਸੈੱਟ ਮੈਂ ਸਾਰਾ ਕੁਛ ਚੱਲੂਗਾ ਕਿਉਂਕਿ ਬੀਮ ਬੂਮ ਸਾਰੇ ਲਾ ਕੇ ਨਾ ਤਾਂ ਸੈੱਟ ਮੈਂ ਉੱਦਾਂ ਦੀ ਬਣਾਉਣਾ ਅਤੇ ਇਹ ਸੀਗਾ ਜੀ ਆਪਣਾ ਛੋਟਾ ਜਿਹਾ ਇੱਥੇ ਫਾਰਮ ਤਾਂ ਧੰਨਵਾਦ ਸਾਰਿਆਂ ਦਾ ਤਾਂ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਇੰਨਾ ਪਿਆਰ ਦਿੰਦੇ ਆ ਤੁਹਾਡੇ ਸਦਕੇ ਹੀ ਆ ਜੀ ਅਤੇ ਵੱਧ ਤੋਂ ਵੱਧ ਵੀਰ ਬਣ ਕੇ ਕਮੈਂਟ 'ਤੇ ਸ਼ੇਅਰ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਵੀ ਕਿੱਥੋਂ ਆ ਭਰਾ ਹੈ ਨਾ ਅਤੇ ਉਹਦਾ ਜਰਸਾ ਬਦਲਦਿਆਂ ਦੇਖੋ ਗੱਲ ਟਾਈਟ ਹੋ ਗਿਆ ਉਹਦਾ ਜੰਗਲੀ ਦਾ ਸਤਿ ਸ਼੍ਰੀ ਅਕਾਲ ਜੀ।